ਹਾਂਜੀ ਪਿਆਰਿਓ ਅਸੀਂ ਅੱਜ ਇੱਥੇ ਤੁਹਾਨੂੰ ਇੱਕ ਜਾਇ ਸਟਾਲ ਤੇ ਲੈ ਕੇ ਆਏ ਆ ਜਿਹੜਾ ਕਿ ਬੜਾ ਯੂਨਿਕ ਹੈ ਆਮ ਤੌਰ ਤੇ ਹੁੰਦਾ ਨਹੀਂ ਸੰਸਥਾਵਾਂ ਦਾ ਕੰਮ ਹੁੰਦਾ ਪਰ ਸਾਡੇ 6 ਫਾਰ 휴ਮੈਨਿਟੀ ਨਾਂ ਦੀ ਜਿਹੜੀ ਸੰਸਥਾ ਹਮੇਸ਼ਾ ਹੀ ਵਕ ਚੜ ਕੇ ਹਿੱਸਾ ਲੈਂਦੀ ਹੈ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਉਸ ਸੰਸਥਾ ਤੋਂ ਉਹਨਾਂ ਦੇ ਮੈਂਬਰ ਨੇ ਇੱਥੇ ਤੇ ਨਾਲ ਦੀ ਨਾਲ ਸਾਡੇ ਵੱਡੇ ਭਾਜੀ ਪਰਮਿੰਦਰ ਸਿੰਘ ਸਾਹੀ ਸਾਹਿਬ ਹਮੇਸ਼ਾ ਹੀ ਜਿਹੜੇ ਲੀਡ ਕਰਦੇ ਆ ਔਰ ਅੱਜ ਉਹਨਾਂ ਨੇ ਤੇ ਫਸਟ ਡੇਟ ਦਾ ਬੂਥ ਲਾਇਆ ਕਿ ਜੇਕਰ ਕਿਸੇ ਨੂੰ ਲੋਡ ਪੈਂਦੀ ਆ ਕਿਸੇ ਕਿਸਮ ਦੀ ਫਰਸਟ ਏਡ ਦੀ ਕੋਈ ਸੱਟ ਚੋਟ ਲੱਗ ਜੇ ਜਾਂ ਕਿਸੇ ਵੀ ਤਰ੍ਹਾਂ ਦੀ ਤਾਂ ਨਾਲ ਐਂਬੂਲੈਂਸ ਦਾ ਪ੍ਰਬੰਧ ਵੀ ਆ ਨਾਲ ਸਾਰੇ ਵਰਕਰਸ ਆਏ ਹੋਏ ਨੇ ਫਰਸਟ ਏਡ ਵਾਲੇ ਤੇ ਉਹਨਾਂ ਦੀ ਟੀਮ ਵੀ ਹਾਜ਼ਰ ਆ ਲੋ ਗੱਲਬਾਤ ਕਰਦੇ ਹਾਂ ਸਾਈ ਸਾਹਿਬ ਦੇ ਨਾਲ ਸਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਵੀ ਦੂਸਰੇ ਨੇ ਤੁਹਾਡੇ ਸੁਚੇਤ ਟੀਵੀ ਦੇ ਮਾਧਿਅਮ ਰਾਹੀਂ ਸੰਗਤ ਜਿਹੜੀ ਜੁੜੀ ਆ ਸਾਰਿਆਂ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ ਤੁਹਾਨੂੰ ਸਟਾਰਟਨ ਦੀ ਧਰਤੀ ਤੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਸਾਹਿਬ ਮੈਂ ਦੇਖ ਰਿਹਾ ਪਿੱਛੇ ਐਂਬੂਲੈਂਸ ਵੀ ਆ ਤੁਹਾਡੀ ਟੀਮ ਵੀ ਇੱਥੇ ਹਾਜ਼ਰ ਹੈ ਔਰ ਬਹੁਤ ਵਧੀਆ ਉਪਰਾਲਾ ਹੈ ਕਿ ਅਗਰ ਕਿਸੇ ਨੂੰ ਇਮਰਜੈਂਸੀ ਪੈਂਦੀ ਆ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਤਾਂ ਬਹੁਤ ਵੱਡਾ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਵੀ ਹੈਗੇ ਆ ਪ੍ਰਬੰਧ ਪਰ ਤੁਸੀਂ ਆਪਣੇ ਤੌਰ ਤੇ ਪ੍ਰਬੰਧ ਕੀਤਾ ਤੇ ਇੱਕ ਇਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਕਿ ਇਹ ਬੜਾ ਔਖਾ ਕੰਮ ਹੁੰਦਾ ਸੌਖਾ ਨਹੀਂਗਾ ਸੋ ਇਹ ਕਿਵੇਂ ਦਿਮਾਗ ਵਿੱਚ ਆਇਆ ਕਿ ਇਹ ਜਿਹੜਾ ਆਪਣੇ ਤੌਰ ਤੇ ਉਪਰਾਲਾ ਕੀਤਾ ਜਾਵੇ ਸ਼ਾਹ ਸਾਹਿਬ ਪਿਛਲੇ ਤਕਰੀਬਨ 2 ਸਾਲਾਂ ਤੋਂ ਕੋਵਿਡ ਤੋਂ ਬਾਅਦ ਨਜ਼ਰੀਆ ਜਿਹੜਾ ਥੋੜਾ ਜਿਹਾ ਬਦਲਿਆ ਸੋ ਇਸ ਚੀਜ਼ ਦੀ ਖਲਾਸ ਸੀ ਵੀ ਨਗਰ ਕੀਰਤਨਾਂ ਦੇ ਵਿੱਚ ਜੇ ਕਿਸੇ ਨੂੰ ਕੋਈ ਐਮਰਜੈਂਸੀ ਪੈਂਦੀ ਆ ਤੇ ਇਦਾਂ ਦੀ ਸੇਵਾਵਾਂ ਨਹੀਂ ਸੀ ਲੱਭਦੀਆਂ ਸੋ ਆਪਣੇ ਕਾਫੀ ਨਰਸਾਂ ਸੀ ਆਪਣੇ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਵੀ ਤੁਹਾਡੇ ਨਾਲ ਅਸੀਂ ਖੜੇ ਆਂ ਜਿੱਥੇ ਵੀ ਕਿਤੇ ਆਪਣੀ ਸੰਗਤ ਜ਼ਿਆਦਾ ਹੁੰਦੀ ਹੈ ਨਗਰ ਕੀਰਤਨ ਹੁੰਦਾ ਉਥੇ ਫਰਸਟ ایڈ ਦੀ ਸੇਵਾ ਦੇਣ ਲਈ ਉਹਨਾਂ ਨੇ ਸਾਨੂੰ ਸਾਥ ਦਿੱਤਾ ਤੇ ਅੰਗਰੇਜ਼ ਚਹਲ ਭਾਈ ਸਾਡੇ ਨਾਲ ਨੇ ਆ ਰਹੇ ਨੇ ਗੁਰਜੋਤ ਭੈਣ ਜੀ ਸਾਡੇ ਨਾਲ ਆ ਰਹੇ ਨੇ ਅੱਜ ਸਾਡੇ ਨਾਲ ਭੈਣ ਜੀ ਜੁੜੇ ਨੇ ਮਨਿੰਦਰ ਕੌਰ ਜੀ ਰੋਜ਼ਵੈਲ ਤੋਂ ਇਹ ਵੀ ਆ ਰਹੇ ਨੇ ਸੋ ਇਹਨਾਂ ਦੇ ਸਹਿਯੋਗ ਦੇ ਨਾਲ ਸਟਾਰਟਨ ਗੁਰੂ ਘਰ ਦੇ ਸਹਿਯੋਗ ਦੇ ਨਾਲ ਅਸੀਂ ਫਰਸਟ ایڈ ਬੂਥ ਲੈ ਕੇ ਆਏ ਆ ਕਿਸੇ ਨੂੰ ਵੀ ਕੋਈ ਫਰਸਟ ایڈ ਦੀ ਲੋੜ ਆ ਛੱਟ ਫੇੜ ਲੱਗ ਜੇ ਕੱਟ ਲੱਗ ਜੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਜਾਂ ਹੋਰ ਕਿਸੇ ਦੀ ਪੇਨ ਕਿਲਰ ਚਾਹੀਦਾ ਕੁਝ ਵੀ ਚਾਹੀਦਾ ਸਾਡੇ ਕੋਲ ਅ ਐਂਬੂਲੈਂਸ ਦਾ ਸਟਾਫ ਹੈ ਇਹ ਐਮਰ ਵਾਲਿਆਂ ਦਾ ਤੁਸੀਂ ਇੱਥੇ ਆ ਸਕਦੇ ਆ ਸਾਡੇ ਬੂਹੇ ਤੇ ਤੇ ਤੁਹਾਡਾ ਜਿੰਨਾ ਕੁ ਲੋੜੀਂਦਾ ਸਾਨੂੰ ਸਾਡੇ ਕੋਲ ਸਾਧਨ ਹੈ ਇੱਥੇ ਉਹ ਕਿਤੇ ਜਾਣਗੇ ਜੇ ਤੁਹਾਨੂੰ ਇੱਥੋਂ ਲਿਫਟ ਕਰਕੇ ਐਂਬੂਲੈਂਸ ਲੈ ਕੇ ਹਸਪਤਾਲ ਲੈ ਕੇ ਜਾਣ ਦੀ ਲੋੜ ਹੈ ਤੇ ਤੁਹਾਡੀ ਜਾਨ ਬਚਾਈ ਜਾ ਸਕਦੀ ਆ ਸੋ ਇਸ ਕਰਕੇ ਅਸੀਂ ਸਟਾਰਟਨ ਗੁਰੂ ਘਰ ਦੀ ਕਮੇਟੀ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਤੇ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਭਾਈ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਅੱਜ ਇਸ ਨਗਰ ਕੀਰਤਨ ਦੀ ਰੌਣਕ ਵਧਾਉਣ ਵਾਸਤੇ ਆਏ ਆ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਕੋਲ ਰੋਜ਼ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਜ ਜੀ ਕੀ ਨਾਮ ਤੁਹਾਡਾ ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਹਾਂਜੀ ਮੇਰਾ ਨਾਮ ਮਨਿੰਦਰ ਕੌਰ ਹੈ ਜੀ ਪੰਜ ਜੀ ਤੁਸੀਂ ਪਹਿਲਾਂ ਵੀ ਕੋਈ ਤਜਰਬਾ ਹੈਗਾ ਇਸ ਤਰ੍ਹਾਂ ਦਾ ਵੈਸੇ ਤੁਸੀਂ ਆਰਐਨਓ ਇਸ ਤਰ੍ਹਾਂ ਪਬਲਿਕ ਦੇ ਵਿੱਚ ਜਿਹੜਾ ਕੋਈ ਜਿਹੜਾ ਰਿਸਪਾਂਸ ਹੈ ਇਹਦੇ ਵਿੱਚ ਕੋਈ ਪਹਿਲਾਂ ਵੀ ਤਜਰਬਾ ਹੈ ਤੁਹਾਨੂੰ ਹਾਂਜੀ ਪਹਿਲਾਂ ਵੀ ਹੈਗਾ ਅਸੀਂ ਗੁਰੂ ਘਰਾਂ ਦੇ ਵਿੱਚ ਜਿੱਦਾਂ ਮੈਡੀਕਲ ਕੈਂਪ ਵਗੈਰਾ ਲਗਾਉਂਦੇ ਹੈਗੇ ਆ ਹਾਂਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਇਸ ਮਹਾਨ ਨਗਰ ਕੀਰਤਨ ਦੇ ਮੌਕੇ ਤੇ ਅਸੀਂ ਸਾਰਿਆਂ ਤੋਂ ਪਹਿਲਾਂ ਸਮੂਹ ਸਾਧ ਸੰਗਤ ਜੀ ਨੂੰ ਖਾਲਸਾ ਦੇ ਜਨਮ ਦਿਨ ਵਿਸਾਖੀ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਅਸੀਂ ਇਹ ਕਹਿੰਦੇ ਆ ਕਿ ਜਿੱਥੇ ਅਸੀਂ ਸਿੱਖ ਹਰ ਇੱਕ ਫੀਲਡ ਦੇ ਵਿੱਚ ਅੱਗੇ ਨੇ ਚਾਹੇ ਉਹ ਲੰਗਰ ਲਾਉਣ ਨੂੰ ਹੋਵੇ ਕਿਸੇ ਵੀ ਤਰ੍ਹਾਂ ਦੀ ਸੇਵਾ ਹੋਵੇ ਸਿੱਖ ਹਮੇਸ਼ਾ ਅੱਗੇ ਹੁੰਦੇ ਨੇ ਤੇ ਸੰਗਤ ਲਈ ਵਿਸਾਖੀ ਦੇ ਦਿਹਾੜੇ ਤੇ ਅੱਜ ਇਹ ਹੀ ਉਪਦੇਸ਼ ਹੈ ਕਿ ਗੁਰੂ ਵਾਲੇ ਬਣੋ ਅਮਰ ਸ਼ਕੀਰ ਸਿੰਘ ਸਾ ਜੋ ਅੱਜ ਕੌਮ ਨੂੰ ਬੇਹਦ ਲੋੜ ਹੈ ਇਕੱਠਿਆਂ ਇੱਕ ਚੰਡੇ ਦੇ ਥਲੇ ਇਕੱਠਿਆਂ ਹੋਣ ਦੀ ਸੋ ਬਸ ਇਨੇ ਹੀ ਵਿੰਦਿਆ ਪ੍ਰਵਾਨਿਤ ਬਹੁਤ ਮਿਹਰਬਾਨੀ ਤੁਹਾਡੀ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ